ਅਸਲਾਮ ਵਾਲੇਕਮ ਸਿਆਸੀ ਦਰਾਂ ਤੇ ਖੁਸ਼ ਆਮਦید ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਮਿਠਾ ਜੀ ਬੜੀਆ ਖਬਰਾਂ ਲੈ ਕੇ ਮੈਂ ਤੁਹਾਡੀ ਖidmat ਦੇ ਵਿੱਚ ਹਾਜ਼ਰ ਹੋ ਚੁੱਕਿਆ ਯਕੀਨ ਕਰੋ ਕਿ ਬੜੇ ਰੌਲੇ ਤੇ ਲਾਹੌਰ ਦੇ ਵਿੱਚ ਬਹੁਤ ਵੱਡਾ ਜਲਸਾ ਮੁਸਲਮ ਲੀਗ ਨੂਨ ਦਾ ਠੋਕਰ ਨਿਆਜ਼ ਬੇਗ ਦੇ ਵਿੱਚ ਹੋ ਰਿਹਾ ਹੈ ਖਲਕਤ ਹੀ ਖਲਕਤ ਹੈ ਆਵਾਮ ਹੀ ਆਵਾਮ ਹੈ اور جس طرح عوام ਜਿਹੜੀ ਇਹ ਬਜ਼ਾਤੇ ਖੁਦ ਨਿਕਲ ਕੇ ਪੈਦਲ ਸਾਈਕਲਾਂ ਤੇ ਰੇੜਿਆਂ ਤੇ ਟਾਂਗਿਆਂ ਤੇ ਗੱਡੀਆਂ ਤੇ ਮੋਟਰਸਾਈਕਲਾਂ ਤੇ ਠੋਕਰ ਨiazbek ਦਾ ਰੁਖ ਕਰ ਰਹੀ ਸੀ ਯਕੀਨ ਕਰੋ ਕਿ عوام ਦਾ ਇੱਕ ਸਮੁੰਦਰ ਸੀ ਹਜੇ ਮੀਆਂ ਸਾਹਿਬ ਜਿਹੜੇ ਨੇ ਉਹ ਲੰਡਨ ਦੇ ਵਿੱਚ ਹੀ ਨੇ ਉਹਨਾਂ ਨੇ 사ウਦੀ ਅਰਬ ਅੱਜ ਰਾਤ ਨੂੰ ਰਵਾਨਾ ਹੋਣਾ ਤੇ عوام ਜਿਹੜੀ ਹੈ ਮੀਆਂ ਨਵਾਸੀ ਫਾਸ ਤੇ ਲਾਹੌਰੀਏ ਖਾਸ ਤੌਰ ਤੇ ਜਿਹੜੇ ਨੇ ਉਹ ਨਿਕਲ ਪਏ ਨੇ ਔਰ ਇੰਨੀ ਕੋ ਖਲਕਤ ਹੈ ਕਿ ਗਿਣਨ ਮਿਥਨ ਦੇ ਵਿੱਚ ਉਹ ਨਹੀਂ ਆਂਦੀ ਹਜੇ ਇਹ ਠੋਕਰ ਨਿਆਜ਼ ਬੇਗ ਸਿਰਫ ਇੱਕ ਅੱਧੇ ਇੱਕ ਡੇਢ ਹਲਕੇ ਦਾ ਇਹ ਜਲਸਾ ਹੋ ਸਕਦਾ ਠੀਕ ਹੈ ਨਾ ਜੀ ਤੇ ਇੰਨੀ ਕਿ ਆਵਾਮ ਮਾਸ਼ਾਅੱਲਾ ਮੀਆਂ ਸਾਹਿਬ ਵਾਸਤੇ ਨਿਕਲਦੀ ਪਈ ਔਰ ਲੋਕ ਸਮਝਦੇ ਨੇ ਕਿ ਮੀਆਂ ਨਵਾਜ਼ ਸ਼ਰੀਫ ਹੀ ਉਹ ਲੀਡਰ ਹੈ ਜਿਹੜਾ ਇਸ ਇਹ ਬੁਹਾਰਨ ਜਿਹੜੇ ਨੇ ਪਾਕਿਸਤਾਨ ਦੇ ਵਿੱਚ ਇਹ ਇਹਨਾਂ ਦੇ ਵਿੱਚੋਂ ਪਾਕਿਸਤਾਨ ਨੂੰ ਕੱਟ ਸਕਦਾ ਔਰ ਤਿੰਨ ਦਫਾ ਮੀਆਂ ਨਵਾਜ਼ ਸ਼ਰੀਫ ਨੇ ਇਹ ਗੱਲ ਸਾਬਤ ਵੀ ਕੀਤੀ ਹੈ ਕਿਉਂਕਿ ਇੱਕ ਚੀਜ਼ ਤੁਸੀਂ ਵੇਖੀਏ ਪਾਲੀਏ ਤਜਰਬਾ ਕੀਤਾ ਹੈ ਤੁਹਾਨੂੰ ਪਤਾ ਹੈ ਉਹ ਕਰਕੇ ਵਹੰਦਾ ਹੈ ਤੇ ਜਰੀ ਗੱਲ ਹੈ عوام ਜਿਹੜੀ ਹੈ ਉਹ ਚੀਜ਼ਾਂ ਯਾਦ ਰੱਖਦੀ ਹੈ ਔਰ ਇੰਨੀ ਕੋ ਖਲਕਤ ਹੈ ਕਿ ਗਿਣ ਨਹੀਂ ਤੁਸੀਂ ਸਕਦੇ ਇਹ ਸਿਰਫ ਅਜੇ ਠੋਕਰ ਨਿਆਜ਼ ਬੇਗ ਔਰ ਉਹਦੇ ਨਾਲ ਨਾਲ ਅਸੀਂ ਫਲਸਤੀਨ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੀ ਬਰਪੂਰ ਜ਼ਮਮਤ ਕਰਨੇ ਔਰ ਅਸੀਂ ਚਾਹਨੇ ਆ ਕਿ ਆਲਮੀ ਬਰਾਦਰੀ ਮੁਸਲਮਾਨ ਮਾਲਕ ਸਾਹਮਣੇ ਆਣ ਔਰ ਇਹ ਮਸਲੇ ਦਾ ਹੱਲ ਕੀਤਾ ਜਾਏ ਕਿਉਂਕਿ ਲੜਾਈ ਜੰਗ ਝਗੜਾ ਇਹ ਕਿਸੇ ਵੀ ਮਸਲੇ ਦਾ ਕਿਸੇ ਵੀ ਮੁਲਕ ਦਾ ਇਹ ਇਹ ਹੱਲ ਨਹੀਂ ਤੇ ਅਸੀਂ ਫਲਸਤੀਨੀਆ ਦੇ ਨਾਲ ਸ਼ੁਰੂ ਤੋਂ ਹੀ ਨਾਲ ਜਦੋਂ ਦਾ ਪਾਕਿਸਤਾਨ ਬਣਿਆ ਤੇ ਅਸੀਂ ਪਾਕਿਸਤਾਨ ਜਿਹੜਾ ਉਹ ਫਲਸਤੀਨ ਦੇ ਨਾਲ ਹਮੇਸ਼ਾ ਅਸੀਂ ਖੜੇ ਆਂ ਖੜੇ ਰਾਵਾਂਗੇ ਸਾਡੀਆਂ ਦੁਆਵਾਂ ਉਹਨਾਂ ਦੇ ਨਾਲ ਨੇ ਅਸੀਂ ਤੇ ਫਿਰ ਹਾਲ ਦੁਆਵਾਂ ਹੀ ਕਰ ਸਕਨੇ ਆਂ ਔਰ ਅਸੀਂ ਮੁਸਲਮ ਮਮਾਲਕ ਨੂੰ ਇਹ ਇਹ ਹੀ ਅਸੀਂ ਦਰਹਾਸ ਕਰ ਸਕਦੇ ਆਂ ਕਿ ਸਾਰੇ ਰਲ ਮਿਲ ਕੇ ਬਹਿ ਕੇ ਇਸ ਚੀਜ਼ ਦਾ ਕੋਈ ਮਨਸਫਾਨਾ ਹੱਲ ਕੱਢਿਆ ਜਾਏ ਤਾਂ ਕਿ ਇਸ ਤਰ੍ਹਾਂ ਦੇ ਵਾਕਿਆਤ ਜਿਹੜੇ ਨੇ ਉਹ ਪੈਦਾ ਨਾ ਹੋਣ ਤੇ ਫਲਸਤੀਨ ਦੇ ਨਾਲ ਆਸੀ ਔਰ ਇਨਸ਼ਾ ਅੱਲਾਹ ਤਾਲਾ ਮਰਤੇ ਦਮ ਤੱਕ ਅਸੀਂ ਉਹਨਾਂ ਦੇ ਨਾਲ ਰਵਾਂਗੇ ਖਬਰਾਂ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਇਮਰਾਨ ਖਾਨ ਦੀ ਨਵਾਜ਼ ਸ਼ਰੀਫ ਕੋਲੋਂ ਮਾਫੀ ਪਾਉ ਫੜ ਲੈ ਇਹ ਕੀ ਮਾਮਲਾ ਇਹ ਤੁਹਾਨੂੰ ਦੱਸਨੇ ਆ ਔਰ ਉਸ ਤੋਂ ਬਾਅਦ ਕਾਕੜ ਹਕੂਮਤ ناکਾਮ ਨਿਕਲੀ ਹਰ ਤਰਫ ਸੇ ਤਨਕੀਦ ਦੀ ਜ਼ਿੱਦ ਇਹ ਕੀ ਹੈ ਇਹ ਤੁਹਾਨੂੰ ਦੱਸਨੇ ਆ ਹਮਾਦ ਅਜ਼ਰ ਔਰ ਗੰਡਾਪੁਰ ਦੀ ਗ੍ਰਿਫਤਾਰੀ ਸ਼ੇਖ ਰਸ਼ੀਦ اور ਫਰਖ ਖਬੀਬ ਦੇ ਇੰਟਰਵਿਊ ਇੱਕ ਹੀ ਮਾਮਲਾ ਇਹ ਅਸੀਂ ਤੁਹਾਡੇ ਗੋਸ਼ਕੁਜ਼ਾਰ ਕਰਨੇ ਆ ਅੱਜ ਮੈਂ ਆਪਣੀ ਅਸਲ ਜਗ੍ਹਾ ਤੇ ਨਹੀਂ ਕਿਤੇ ਸਫ਼ਰ ਦੇ ਵਿੱਚ ਸੱਜੇ ਖਬਰ ਨਿਕਲੇ ਆ ਤੇ ਉਸ ਜਗ੍ਹਾ ਤੇ ਜਿੱਥੇ ਅਸੀਂ ਨਾਰਮਲੀ ਪ੍ਰੋਗਰਾਮ ਕਰੀਦਾ ਉੱਥੇ ਅੱਜ ਅਸੀਂ ਨਹੀਂ ਬੈਠੇ ਤੇ ਇਸ ਵਾਸਤੇ ਅੱਜ ਜਰਾ ਜਗ੍ਹਾ ਜਿਹੜੀ ਹੈ ਨਾ ਉਹ ਤੰਗ ਵੀ ਏ ਤੇ ਮਾਹੌਲ ਵੀ ਪੂਰਾ ਲਟਾ ਛਟਾ ਮੇ ਜਿਹੜੀ ਆ ਉਹ ਪੂਰੀਆਂ ਫਿੱਟ ਨਹੀਂ ਆ ਰਹੀਆਂ ਠੀਕ ਹੋ ਗਿਆ ਨਾ ਜੀ ਤੇ ਗੁਜ਼ਾਰਸ਼ ਕਰਦੇ ਅਗੇ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਅੱਗੇ ਟੋਰਿਆ ਕਰੋ ਗਲੀ ਮਹੱਲਿਆਂ ਦੇ ਵਿੱਚ ਤੁਸੀਂ ਇਹਨੂੰ ਟੋਰ ਸਕਦੇ ਹੋ ਇਹਦੇ ਕੋ ਪੈਸੇ ਨਹੀਂ ਲੱਗਦੇ ਠੀਕ ਹੋ ਗਿਆ ਨਾ ਜੀ ਅੱਛਾ ਜੀ ਪਹਿਲੀ ਖਬਰ ਤੇ ਆਜੋ Imran Khan ਦੀ Nawaz Sharif ਕੋਲੋਂ ਮਾਫੀਆਂ ਪਾਉਂ ਫੜ ਲੈ ਇਹ ਹੁਣ Imran Khan ਸਾਹਿਬ ਜਿਹੜੇ ਨੇ ਇਹਨਾਂ ਨੇ ਪਿਛਲੇ ਤਕਰੀਬਨ 1.5 ਮਹੀਨੇ ਦੇ ਵਿੱਚ 3-4 ਦਫਾ ਮੀਆਂ Nawaz Sharif ਸਾਹਿਬ ਦੇ ਕੋਲ ਬੰਦੇ ਕਰ ਲਿਆ 3-4 ਦਫਾ ਮختلف ਔਕਾਤ ਦੇ ਵਿੱਚ ਕਿ ਕਿਸੇ ਤਰੀਕੇ ਮੇਰੀ ਜਾਨ ਬਖਸ਼ੀ ਜਿਹੜੀ ਹੈ ਉਹ ਕੀਤੀ ਜਾਏ ਮੈਨੂੰ ਮਾਫੀ ਲੈ ਕੇ ਦਿਓ ਇਕੱਠੇ ਮਿਲ ਕੇ ਚੱਲਨੇ ਆ ਇਕੱਠੇ ਜਦੂਜਾਦ ਕਰਨੇ ਆ ਇਹ ਕਰਨੇ ਆ ਉਹ ਕਰਨੇ ਲੇਕਿਨ ਕੋਈ ਉਧਰੋਂ ਖਾਤਰ ਦਾ ਸਵਾਲ ਜਿਹੜਾ ਨਾ ਉਹ ਪੈਦਾ ਨਹੀਂ ਹੁੰਦਾ ਪਿਛਲੇ ਹਫਤੇ ਦੀ ਗੱਲ ਹੈ तकरीबन 6 7 8 ਦਿਨ ਪਹਿਲੇ ਦੀ ਗੱਲ ਹੈ ਇਹਦੇ ਦੌਰਾਨ ਇੱਕ ਆਖਰੀ ਬੰਦਾ ਲੰਮੇ ਜਿਹੇ ਕੱਦ ਦਾ ਬੰਦਾ ਜਿਹੜਾ ਨਾ ਉਹ ਜਾਂਦਾ ਮੀਆਂ ਹਰਾਰਸ਼ੀਫ ਦੇ ਕੋਲ ਮਿਲਦੇ ਨੇ ਕਿ ਉੱਥੇ ਜਾ ਕੇ ਪੇਗਾਮ ਰਸਾਨੀ ਜਿਹੜੀ ਉਹ ਕੀਤੀ ਜਾਂਦੀ ਹੈ ਕਿ ਜੀ ਖਾਨ ਸਾਹਿਬ ਇਹਨੇ ਉਹ ਲਤਾਂ ਕੱਢ ਗਏ ਨੇ ਤੇ ਉਹ ਮਾਫੀ ਮੰਗਣਾ ਚਾਹੁੰਦੇ ਨੇ ਤੁਹਾਡੇ ਕੋਲੋਂ ਔਰ ਤੁਹਾਡੇ ਅੱਗੇ ਉਹ ਗੁਜ਼ਾਰਿਸ਼ ਕਰ ਰਹੇ ਨੇ ਕਿ ਮੇਰੀ ਮਦਦ ਕੀਤੀ ਜਾਏ ਨਵਾਜ਼ ਸ਼ਰੀਫ ਤੋਂ ਇਲਾਵਾ ਕੋਈ ਐਸਾ ਬੰਦਾ ਨਹੀਂ ਜਿਹੜਾ ਇਮਰਾਨ ਖਾਨ ਸਾਹਿਬ ਦੀ ਮਦਦ ਕਰ ਸਕਦਾ ਹੋਵੇ ਐਸ ਮੁਸ਼ਕਲ ਵਕਤ ਦੇ ਵਿੱਚ ਦੇਖੋ ਹੁਣ ਇਹਦੇ ਵਿੱਚ ਨਵਾਜ਼ ਸ਼ਰੀਫ ਸਾਹਿਬ ਨੇ ਕੀ ਮਦਦ ਕਰਨੀ ਹੈ ਉਹ 9 ਮਈ ਜਿਹੜਾ ਹੋ ਗਿਆ ਇਹਦੇ ਵਿੱਚ ਨਵਾਜ਼ ਸ਼ਰੀਫ ਸਾਹਿਬ ਕੀ ਕਹਿ ਸਕਦੇ ਕਿ ਹਾਂ ਵੇ ਤੂੰ ਬੜਾ ਅੱਛਾ ਕੀਤਾ ਤੇ ਮੈਂ ਤੇਰੇ ਨਾਲ ਖਲੋਤਾ ਨਵਾਜ਼ ਸ਼ਰੀਫ ਦਾ ਤੇ ਜੇਲ੍ਹ ਦੇ ਵਿੱਚ ਰੋਟੀ ਪਾਣੀ ਬੰਦ ਕੀਤਾ ਗਿਆ ਉੱਕਾ ਪਾਣੀ ਬੰਦ ਕੀਤਾ ਗਿਆ ਮੁਲਾਕਾਤਾਂ ਬੰਦ ਕੀਤੀਆਂ ਗਈਆਂ 쿨ਰ ਪੱਖਾ ਬੰਦ ਕੀਤਾ ਗਿਆ ਮੈਟ੍ਰਸ ਜਿਹੜਾ ਉਹ ਲੈ ਲਿਆ ਗਿਆ ਇਹ ਸਾਰੀਆਂ ਤਕਲੀਫਾਂ ਮੀਆਂ ਵਾਸੀ ਸਾਹਿਬ ਨੂੰ ਇਹ ইমরান ਖਾਨ ਪਹੁੰਚਾਉਂਦਾ ਰਿਹਾ ਔਰ ਮਰੀਮ ਨਵਾਜ਼ ਦੇ ਕਮਰੇ ਦੇ ਵਿੱਚ ਕੈਮਰੇ ਲਾਏ ਗਏ ਬਾਥਰੂਮ ਵਿੱਚ ਕੈਮਰੇ ਲਾਏ ਗਏ ਔਰ ਫਿਰ ਐਸੀ ਡਿਵਾਈਸ ਲਾਈ ਗਈ ਕਿ ਘਰ ਬੈਠ ਕੇ ਵਿੱਚ ਵੇਂਦਾ ਸੀ ਕਿ ਮਰੀਮ ਇਸ ਵਕਤ ਕੀ ਕਰ ਰਹੀ ਹੈ ਮਤਲਬ ਇਸ ਤਰ੍ਹਾਂ ਦੇ ਜ਼ੁਲਮ ਜਿਹੜੇ ਨੇ ਇਸ ইমরান ਖਾਨ ਨੇ ਕੀਤੇ ਨੇ ਔਰ ਫਿਰ ਕਹਿੰਦਾ ਸੀ ਕਿ ਮੈਨੂੰ ਇਹਨਾਂ ਦੀਆਂ ਚੀਕਾਂ ਸੁਣਾਓ ਰੋਣ ਦੀਆਂ ਆਵਾਜ਼ਾਂ ਸੁਣਾਓ ਔਰ ਕਾਰ ਬਾਕ ਇਹਤੇ ਵੰਦਾ ਹੁੰਦਾ ਸੀ ਕਿ ਰੋ ਰਹੀ ਹੈ ਕਿ ਨਹੀਂ ਰੋ ਰਹੀ ਨਵਾਜ਼ ਸ਼ਰੀਫ ਪਿੱਟਦਾ ਪਿਆ ਕਿ ਨਹੀਂ ਪਿੱਟਦਾ ਪਿਆ ਸਾਦ ਰਫੀਕ ਰੋਂਦਾ ਪਿਆ ਕਿ ਨਹੀਂ ਰਾਣਾ ਸੁਨਾਲਾ ਦੀਆਂ ਚੀਕਾਂ ਨਿਕਲਦੀਆਂ ਨੇ ਕਿ ਨਹੀਂ ਇਸ ਹੱਦ ਤੱਕ ਇਮਰਾਨ ਖਾਨ ਜਿਹੜਾ ਇਹ ਫਰਾਉਨ ਬਣ ਚੁੱਕਿਆ ਸੀ ਆਪਣੇ ਦੌਰ ਦੇ ਵਿੱਚ ਤੇ ਹੁਣ ਆਖਰੀ ਬੰਦਾ ਇਹਨੇ ਕੱਲਿਆ ਨਵਾਜ਼ ਸ਼ਰੀਫ ਸਾਹਿਬ ਕੋਲ ਪਿਛਲੇ 5-6 ਦਿਨ ਦੀ ਗੱਲ ਤੇ ਉਹਦੇ ਵਿੱਚ ਵੀ ਮੀਆਂ ਨਵਾਜ਼ ਸ਼ਰੀਫ ਨੇ ਇਹ ਹੀ ਕਿਹਾ ਕਿ ਮੈਂ ਐ 9 ਮਈ ਦੇ ਹਵਾਲੇ ਨਾਲ ਜਿਹੜਾ ਨਾ ਇੱਕ ਕਿਸੇ ਕਿਸਮ ਦੀ ਇਦੇ ਵਿੱਚ ਮਦਦਦ ਦਾਤ ਸੋਚ ਵੀ ਨਹੀਂ ਸਕਦਾ ਤੇ ਬਾਕੀ ਹਾਂ ਜਿਹੜੇ ਤੇਰੇ ਤੇ ਕੋਈ ਅਗਰ ਤੇਰੇ ਤੇ ਕੋਈ ਸਿਆਸੀ ਕੇਸ ਆ ਤੇ ਉਹ ਨਹੀਂ ਹੋਣਾ ਚਾਹੀਦਾ ਤੇ ਨਵਾ ਆਪਣਾ Imran Khan ਸਾਹਿਬ ਦੇ ਤੇ ਕੋਈ ਵੀ ਸਿਆਸੀ ਕੇਸ ਨਹੀਂ ਸਾਰੇ ਦੇ ਸਾਰੇ ਕੇਸ ਜਿਹੜੇ ਨੇ ਉਹ ਕਾਨੂੰਨੀ ਨੇ ਔਰ ਉਹਨਾਂ ਦੇ ਸਬੂਤ ਮੌਜੂਦ ਨੇ ਔਰ ਇੱਕ ਇੱਕ ਨਹੀਂ ਹਜ਼ਾਰਾਂ ਹਜ਼ਾਰਾਂ ਸਬੂਤ ਮੌਜੂਦ ਨੇ ਗਵਾਹ ਮੌਜੂਦ ਨੇ ਸੁਲਤਾਨੀ ਗਵਾਹ ਮੌਜੂਦ ਨੇ ਚਸ਼ਮਦੀਦ ਗਵਾਹ ਮੌਜੂਦ ਨੇ ਮਤਲਬ ਕਿ ਇਨੀਆਂ ਗਵਾਹਾਂ ਤੇ ਕੋਈ ਬੰਦਾ ਸੋਚ ਵੀ ਨਹੀਂ ਸਕਦਾ ਇੰਨੀਆਂ ਗਵਾਹੀਆਂ ਤੇ ਅਦਾਲਤ ਨੂੰ ਚਾਹੀਦੀਆਂ ਵੀ ਨਹੀਂ ਹੁੰਦੀਆਂ ਜਿੰਨੀਆਂ ਖਾਨ ਸਾਹਿਬ ਦੇ ਖਿਲਾਫ ਨੇ ਹਰ ਕੇਸ ਦੇ ਵਿੱਚ ਦੇਖੋ ਨਾ ਹੁਣ ਗੋਗੀ ਪੀਰਨੀ ਬੁਜਦਾਰ ਇਹ ਇਹ ਕੀ ਸੀ ਇਹ ਜਿਹੜੀ ਕਰਪਸ਼ਨ ਉਹਨਾਂ ਕੀਤੀ ਹੈ ਉਹਦੀ ਮਾਫੀ ਨਿਵਾਸ਼ੀਫ ਕਿਵੇਂ ਲੈ ਕੇ ਦੇ ਸਕਦਾ 9 ਮਈ ਦੀ ਮਾਫੀ ਨਿਵਾਸ਼ੀਫ ਕਿਵੇਂ ਲੈ ਕੇ ਦੇ ਸਕਦਾ ਅਮਰੀਕੀ ਖੱਤ ਤੇ ਮਾਫੀ ਨਿਵਾਸ਼ੀਫ ਕਿਵੇਂ ਲੈ ਕੇ ਦੇ ਸਕਦਾ ਜਾਂ ਕਿਵੇਂ ਇਹਦੇ ਨਾਲ ਖੜਾ ਹੋ ਸਕਦਾ ਹੈ ਰਾਸ਼ਟਰ ਦੇ ਖਿਲਾਫ ਤੇ ਇਹ ਆਖਰੀ ਬੰਦਾ ਜਿਹੜਾ ਉਹਨਾਂ ਨੇ ਕੱਲਿਆ 5-6 ਦਿਨ ਪਹਿਲੇ ਲੇਕਿਨ ਉਹਨੂੰ ਵੀ ਖੈਰ ਨਹੀਂ ਪਈ ਤੇ ਉਸ ਤੋਂ ਬਾਅਦ ਫਿਰ ਜਦੋਂ ਪਤਾ ਲੱਗਾ ਕਿ ਨਵਾਜ਼ ਸ਼ਰੀਫ ਜਿਹੜੀ ਆ ਜਿਹੜਾ ਨੇ ਉਹ ਮੇਰੀ ਮਦਦ ਨਹੀਂ ਕਰ ਸਕਦੇ ਤੇ ਉਸ ਤੋਂ ਬਾਅਦ ਫਿਰ ਇਹ ਜਿਹੜਾ ਵੀਡੀਓ ਵਾਲਾ سلسلہ ਹੈ ਇਹ ਸ਼ੁਰੂ ਕੀਤਾ ਗਿਆ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ ਗਈਆਂ ਕੁਰਾਨੇ ਪਾਕ ਤੇ ਹਲਫ ਜਿਹੜੇ ਨੇ ਉਠਾਣੇ ਇਹ ਸ਼ੁਰੂ ਕਰ ਦਿੱਤੇ ਝੂਠ ਮਾਰਨਾ ਸ਼ੁਰੂ ਕਰ ਦਿੱਤਾ ਝੂਠ ਤੇ ਉੱਤੇ ਝੂਠ ਮਾਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਆਖਰੀ ਉਮੀਦ ਜਿਹੜੀ ਹੈ ਨਵਾਜ਼ ਸ਼ਰੀਫ ਲੋ ਜਿਹੜੀ ਮਦਦ ਸੀ ਉਹ ਇਨਕਾਰ ਹੋ ਗਈ ਤੇ ਫਿਰ ਇਹ ਹਲਫਨਾਮੇ ਜਿਹੜੇ ਨੇ ਇਹ ਵੀਡੀਓ ਬਣਾ ਕੇ ਚਾੜੇ ਜਾ ਰਹੇ ਨੇ ਜੀ ਸਾਨੂੰ ਤੇ ਖਾਨ ਸਾਹਿਬ ਨੇ ਕਿਹਾ ਹੀ ਨਹੀਂ ਸੀ ਕਿ ਤੁਸੀਂ ਹਮਲੇ ਕਰੋ ਤੇ ਇਹ ਕਰੋ ਤੇ ਖਾਨ ਸਾਹਿਬ ਤੇ ਬੜੇ ਅੱਛੇ ਨੇ ਤੇ ਬੜੇ ਪਿਆਰੇ ਨੇ ਤੇ ਬੜੇ ਮੁਹੱਬੇ ਵਤਨ ਨੇ ਤੇ ਇਹ ਨੇ ਤੇ ਉਹ ਨੇ ਉਹ ਮਾਮਾ ਉਹਨੇ ਤੇ ਸਾਰਾ ਕੁਝ ਆਪ ਆਪ تسلیم ਕਰ ਲਿਆ ਕਿ ਮੈਂ ਕਰਾਇਆ ਸਾਰੇ ਸਬੂਤ ਮੌਜੂਦ ਨੇ ਹਰ ਬੰਦਾ ਵਾਦਾ ਮਾਫ ਗਵਾ ਬੰਦਾ ਪਿਆ ਤੇ ਤੁਸੀਂ ਕਹਿ ਰਹੇ ਹੋ ਤਰਾ ਚਾਰ ਬੰਦੇ ਆ ਕੇ ਵੀਡੀਓ ਬਣਾ ਕੇ ਹੁਣ ਅਲੀ ਅਮੀਨ ਗੰਡਾਪੁਰ ਜਿਹੜਾ ਇਹ ਤੇ ਪੇਸ਼ ਪੇਸ਼ ਸੀ ਹਮਲਿਆਂ 'ਚ ਇਹ ਤੇ ਬੰਦੇ ਘਲ ਰਿਆ ਸੀ ਪੈਸੇ ਦੇ ਰਿਆ ਸੀ ਸਾਰਾ ਕੁਝ ਕਰ ਰਿਆ ਸੀ ਅਸਲਾ ਕਰ ਰਿਆ ਸੀ ਤੇ ਹੁਣ ਉਹ ਕਹਿੰਦਾ ਕਿ ਅਸਨਤ ਖਾਨ ਸਾਹਿਬ ਨੇ ਕਦੀ ਗਲਤ ਕੰਮ ਕਰਨ ਦੀ ਅਜਾ ਆਪਣਾ ਤਰਕੀਬ ਹੀ ਨਹੀਂ ਦਿੱਤੀ ਅੱਛਾ ਅੱਛਾ ਕਿਹੜਾ ਕੰਮ ਕਿਉਂ ਨੇ ਕਰਵਾਇਆ ਤੁਹਾਡੇ ਕੋਲੋਂ ਅੱਜ ਤੱਕ ਕੋਈ ਕੀਤਾ ਅੱਛਾ ਕੰਮ ਨਹੀਂ ਨੇ ਕੀਤਾ ਤੇ ਇਸ ਵਾਸਤੇ ਇਹ ਆਖਰੀ ਜਿਹੜੀ ਮਾਫੀ ਸੀ ਨਵਾਬ ਸ਼ਰੀਫ ਕੋਲੋਂ ਉਹ ਵੀ ਨਹੀਂ ਮਿਲ ਸਕੀ ਬਹੁਤ ਵੱਡੀ ਖਬਰ ਹੈ ਤੇ ਪਹਿਲਵਾਨ ਸਾਹਿਬ ਜਿਹੜੇ ਨੇ ਇਹ ਜਿਹੜੇ ਪੈਰ ਨੇ ਮੀਆਂ ਸਾਹਿਬ ਦੇ ਇਹ ਵੀ ਫੜਨ ਨੂੰ ਤਿਆਰ ਨੇ ਪੀਨ ਜਿਹੜੀ ਹੈ ਉਹ ਤੇ ਪੈਰ ਧੋ ਕੇ ਪੀਨ ਨੂੰ ਵੀ ਤਿਆਰ ਹੈ ਮੀਆਂ ਨਵਾਸ਼ ਸ਼ੀਫ ਦੇ ਲੇਕਿਨ ਉਧਰੋਂ ਵੀ ਕੋਈ ਖਾਤਰਖਾ ਜਵਾਬ ਜਿਹੜਾ ਨਾ ਉਹ ਨਹੀਂ ਆਇਆ ਤੇ ਮੈਂ ਸਮਝਦਾ ਕਿ ਨਵਾਸ਼ ਸ਼ੀਫ ਤੋਂ ਇਲਾਵਾ ਕੋਈ ਐਸਾ ਬੰਦਾ ਹੈ ਵੀ ਨਹੀਂ ਜਿਹੜਾ ਇਹਨੂੰ ਬਚਾ ਲੇ ਅਗਰ ਮੀਆਂ ਨਵਾਸ਼ ਸ਼ੀਫ ਨੂੰ ਬਚਾਣਾ ਚਾਹੇ ਤੇ ਬਚਾ ਵੀ ਸਕਦੇ ਨੇ ਲੇਕਿਨ ਮਾਮਲਾ ਪਾਕਿਸਤਾਨ ਦਾ ਨਾ ਮਾਮਲਾ ਰਿਆਸਤ ਦੀ ਸਲਾਮਤੀ ਦਾ ਤੇ ਇਹਦੇ ਤੇ ਕੋਈ ਐਸਾ ਕਹਿਆ ਬਈ ਰੌਲਾ ਹੋ ਰਿਹਾ ਹੀ ਨਹੀਂ ਨਾ ਸਕਦਾ ਠੀਕ ਹੋ ਗਿਆ ਨਾ ਜੀ ਅਗਲੀ ਖਬਰ ਤੇ ਆਜੋ ਕਾਕੜ ਹਕੂਮਤ ਨਕਾਮ ਨਿਕਲੀ ਤੇ ਹਰ ਪਾਸੋਂ ਤਨਕੀਦ ਉਹ ਕਾਕੜ ਸਾਹਿਬ ਵਿਰੇ ਨੇ ਉਹ ਜਹਾਜ਼ ਉਹਨਾਂ ਦੇ ਹੱਥੇ ਛੜੇ ਆ ਕਦੀ ਕਿਧਰੇ ਤੇ ਕਦੀ ਕਿਧਰੇ ਤੇ ਕਦੀ ਕਿਧਰੇ ਕਬੀਨਾ ਦਾ ਕੋਈ ਪਤਾ ਨਹੀਂ ਆਪਣਾ ਕੋਈ ਪਤਾ ਨਹੀਂ ਫੌਜ ਵਾਲੇ ਜਿਹੜੇ ਨੇ ਉਹਨਾਂ ਸਪੀਡਾਂ 100 ਤੇ ਕੀਤੀਆਂ ਨੇ ਮੁਲਕ ਨੂੰ ਬਚਾਣ ਦੀਆਂ ਡਾਲਰ ਮਾਫੀਆ ਆਟਾ ਮਾਫੀਆ ਫਲਾਣਾ ਇੱਧਰ ਉੱਧਰ ਅਫਗਾਨੀ ਫਲਾਣਾ ਐਂਟੀ ਕ腐ਪਸ਼ਨ ਜਿਹੜੀ ਆ ਉਹ ਆਪਣਾ ਠਾਪਾ ਮਾਰ ਰਹੀ ਏ ਨਵੇਂ ਵਾਲੇ ਆਪਣਾ ਕੰਮ ਕਰ ਰਹੇ ਨੇ ਐਫਆਈਏ ਲੱਗਾ ਇਹ ਕਾਕੜ ਸਾਹਿਬ ਤੋਂ ਉਹਨਾਂ ਦੀ ਕਬੀਨਾ ਕਿਦਰੇ ਨਜ਼ਰ ਹੀ ਨਹੀਂ ਆਂਦੀ ਇਹ ਮੈਨੂੰ ਲੱਗਦਾ ਕਿ ਜਿਹੜੇ ਦੁੱਧ ਪੀ ਕੇ ਸੌਂ ਜਾਂਦੇ ਨੇ ਉਹਨਾਂ ਮੈਂ ਕੁਝ ਹੋਰ ਕਹਿਣ ਲੱਗਾ ਸੀ ਤੇ ਇਸ ਵਾਸਤੇ ਉਹਨੋਂ ਆਰਮੀ ਚੀਫ ਸਾਹਿਬ ਜ਼ਰੀ ਗੱਲ ਨਰਾਜ਼ੀ ਹੋਣਗੇ ਪਰ ਅਸੀਂ ਇੰਨਾ ਕੰਮ ਪੈ ਕਰਨਾ ਤੁਸੀਂ ਘਰ ਸੁੱਤੇ ਹੁੰਦੇ ਹਰ ਪਾਸੇ ਹੁਣ تنਕੀਦ ਜਿਹੜੀ ਇਹ ਕਾਕੜ ਸਾਹਿਬ ਤੇ ਇਹ ਸ਼ੁਰੂ ਹੋ ਗਈ ਕਿਉਂਕਿ ਕਾਕੜ ਸਾਹਿਬ ਨੇ ਸਮਝਿਆ ਕਿ ਉਹ ਤੇ ਬਾਦਸ਼ਾਹ ਬਣ ਗਏ ਨੇ ਅਗਲੇ 20 ਸਾਲ ਵਾਸਤੇ ਤੇ ਸਕੂਨ ਨਾਲ ਸੌਣੇ ਆ ਪ੍ਰੋਟੋਕੋਲ ਲੱਗੇ ਨੇ ਮਜ਼ੇ ਲੱਗੇ ਨੇ ਜਹਾਜ਼ ਕੋਲ ਹੈ ਹੈਲੀਕਾਪਟਰ ਕੋਲ ਹੈ ਆਪਣਾ ਸੂਟ ਪਾਈ ਜੋ ਟਾਈਆਂ ਲਾਈ ਜੋ ਹਕੂਮਤ ਦੇ ਖਾਤੇ ਹੁੰਦੇ ਮਜ਼ੇ ਕੀਤੀ ਜੋ ਤੇ ਇਹ ਜਨਾਬ ਇਸ ਵਕਤ ਸਟੈਬਲਿਸ਼ਮੈਂਟ ਦੀ ਨਜ਼ਰ ਦੇ ਵਿੱਚ ਵੀ ਕਾਕੜ ਸਾਹਿਬ ਦੀ ਹਕੂਮਤ ਜਿਹੜੀ ਹੈ ਇਹ ਨਿਗਰਾਨ ਇਹ ਨਕਾਬ ਨਿਕਲੀ ਔਰ ਇੱਕ ਢੇਲੇ ਦਾ ਕੰਮ ਵੀ ਨਹੀਂ ਕੀਤਾ ਉਹ ਬੰਦਾ ਹੁੰਦਾ ਮਦਦ ਹੀ ਕਰ ਦਿੰਦਾ ਆਦਾਰਿਆਂ ਦੀ ਕੋਈ ਕੰਮ ਕਰਦਾ ਨਜ਼ਰ ਹੀ ਬੰਦਾ ਆ ਜਾ ਲੇਕਿਨ ਨਹੀਂ ਕਿਧਰੇ ਵੀ ਨਜ਼ਰ ਨਹੀਂ ਕੋਈ ਪਤਾ ਹੀ ਨਹੀਂ ਕਿਸੇ ਨੂੰ ਕੌਣ ਵਜ਼ੀਰ ਕਿੱਥੇ ਆ ਕੀ ਕਰਦਾ ਪਿਆ ਕੀ ਨਹੀਂ ਕਰਦਾ ਪਿਆ ਤੇ ਇਹ 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 ਸਾਡੇ ਮਿੱਠੇ ਜਿਹੜੇ ਫੌਜ ਵਾਲੇ ਨੇ ਇਹੋ ਹੀ ਸਾਰਾ ਜਿਹੜਾ ਇਹ ਚੁੱਕ ਕੇ ਟੋਕਰਾ ਜਿਹੜਾ ਇਹ ਨਿਆਜ਼ੀ ਦੀ ਗੰਦਗੀ ਦਾ ਲੈ ਕੇ ਤੇ ਲਗੇ ਫਿਰਦੇ ਨੇ ਔਰ ਮਾਫੀਆ ਦੇ ਖਿਲਾਫ ਵੀ ਇਹ ਕਰ ਰਹੇ ਨੇ ਆਪਰੇਸ਼ਨ ਹਰ ਪਾਸੇ ਵਿਚਾਰੇ ਉਹੀ ਲੱਗੇ ਨੇ ਤੇ ਕਾਕੜ ਸਾਹਿਬ ਜਿਹੜੇ ਦੇ ਹਰ ਪਾਸੇ ਹੁਣ تنਕੀਦ ਦੀ ਆਪਣਾ ਘੇਰੇ ਦੇ ਵਿੱਚ ਨੇ ਤੇ ਮੈਂ ਕਿੰਨਾ ਵਜੇ ਕੋਈ ਸਬਾਬ ਨਿਕਲਦਾ ਤੇ ਕਾਕੜ ਸਾਹਿਬ ਨੂੰ ਢਾ ਕੇ ਕੋਈ ਬੰਦਾ ਕੋਈ ਕੰਮ ਦਾ ਬੰਦਾ ਲਿਆ ਕੇ ਬਿਠਾ ਲ ਅਜੇ ਤਾਂ ਮਨ ਦੋ ਤਰਾ ਮਹੀਨੇ ਹੈ ਨਾ ਇਲੈਕਸ਼ਨ ਇਸ ਵੀ ਚਾਰ ਮਹੀਨੇ ਤੇ ਕਾਕੜ ਨੂੰ ਢਾ ਕੇ ਤੇ ਕੋਈ ਤੇਜ਼ ਤਰਾਰ ਬੰਦਾ ਜਿਹੜਾ ਉਹ ਲਿਆ ਕੇ ਲਾ ਦਿਓ ਉਹਨੂੰ ਲਾ ਦਿਓ ਆਪਣਾ ਫਵਾਦ हसन ਫਵਾਦ ਨੂੰ ਲਾ ਦਿਓ ਜਾਂ ਕੋਈ ਹੋਰ ਬੰਦਾ ਜਿਹੜਾ ਕੰਮ ਕਰਨ ਵਾਲਾ ਜਿਹੜਾ ਕਰਕੇ ਵਾਏ ਜਿਹੜਾ ਸਵੇਰੇ ਸਵੇਰੇ 7 ਵਜੇ ਕਬੀਨਾ ਦਾ اجلاس ਲੈ ਕੇ ਬੈਠਾ ਹੋਵੇ ਔਰ ਫੈਸਲੇ ਲੈ ਤਾਇ ਕਰੇ ਜਿਵੇਂ ਮੀਆਂ ওয়াসੀਫ ਕਰਦਾ ਸੀ ਬਸ 7 ਵਜੇ اجلاس ਕਰਦਾ ਹੁੰਦਾ ਸੀ ਪਹਿਲਾਂ ਕਬੀਨਾ ਦਾ ਤੇ ਖਾਨ ਸਾਹਿਬ ਜਿਹੜੇ ਨੇ 4 ਵਜੇ ਬਨਿੰਗ ਵਾਲਾ ਤੋਂ ਥੱਲੇ ਲੈਂਦੇ ਸੀ ਨਸ਼ਾ ਨਸ਼ਾ 60 ਕੇ ਅੰਦਰ ਕਿੱਥੇ 7 ਵਜੇ ਮੀਟਿੰਗ ਕਰਨੀ ਤੇ ਕਿੱਛੇ ਸ਼ਾਮੀ 4 ਵਜੇ ਥੱਲੇ ਲੈਂਦਾ ਸੀ ਹੈਲੀਕਾਪਟਰ ਤੇ ਤੇ ਘੰਟਾ ਡੇਢ ਬੈ ਕੇ ਨਿਕਲ ਜਾਂਦਾ ਸੀ ਤੇ ਇਹ ਇਹ ਕਾਕੜ ਸਾਹਿਬ ਜਿਹੜੀ ਹਰ ਪਾਸੇ ਹੁਣ ਤਰਕੀਬ ਦੇ ਜ਼ਾਦੇ ਚ ਤੇ ਅਸੀਂ ਇਹੀ ਕਮਾਂਦੇ ਕ ਸਰ ਜੀ ਜੇ ਕੋਈ ਤਰੀਕਾ ਬਣਦਾ ਕੋਈ ਐਨਜ ਕੋਈ ਗੁਜਾਇਸ਼ ਹੈ ਤੇ ਕਾਕੜ ਜੀ ਨੂੰ ਲਾ ਕੇ ਤੇ ਕੋਈ ਬੰਦਾ ਕੰਮ ਦਾ ਲਾ ਲ ਹੋ ਜੇ ਤਰੇ ਚਾਰ ਮਹੀਨੇ ਹਨ ਤਾਂ ਕਿ ਆ ਜਿਹੜੇ ਮਹਾਜ਼ ਖੁੱਲੇ ਨੇ ਇਹਨਾਂ ਉਤੇ ਭਾਈ 3 ਦਿਨ ਰਾਤ ਕੰਮ ਕਰਨਾ ਪੈਣਾ ਕਾਕੜ ਸਾਹਿਬ ਐ ਤੁਸੀਂ ਇੱਥੇ ਸੌਣ ਨਹੀਂ ਆਏ ਇਹ ਕੰਮ ਕਰਨ ਆਏ ਹੋ ਮਸਲੇ ਬਹੁਤ ਜ਼ਿਆਦਾ ਨੇ ਤੇ ਇਹ ਜਿਹੜੀ تنਕੀਦ ਹੋ ਰਹੀ ਹੈ ਬੜੀ ਜਾਇਜ਼ ਹੈ ਤੇ ਮੈਂ ਸਮਝਦਾ ਕਾਕੜ ਸਾਹਿਬ ਖੁਦ ਹੀ ਇਸਤੀਫਾ ਦੇ ਕੇ ਟੁਰ ਜਾਣ ਇਹ ਕੰਮ ਕਾਕੜ ਸਾਹਿਬ ਵਾਲਾ ਨਹੀਂ ਇਹ ਕੰਮ ਕਿਸੇ ਹੋਰ ਬੰਦੇ ਦਾ ਹੈ ਇਹ ਤੇ ਕੋਈ ਤੇਸ ਤਰਾਰ ਕੋਈ ਸ਼ਬੀਸ਼ ਬਾਸ਼ਰੀਫ ਵਰਗਾ ਜਾਂ ਕੋਈ ਬਲਾਵਲ ਸਾਹਿਬ ਵਰਗਾ ਜਾਂ ਕੋਈ ਇਸ ਤਰ੍ਹਾਂ ਦਾ ਇੱਕ ਲੋਗ ਹਨ ਜਿਹੜੇ ਹਰ ਟਾਈਮ ਜਿਹੜਾ ਫਿਰਕੀ ਕਮਾਈ ਰੱਖਣ ਔਰ ਮਦਦ ਕਰਨ ਅਦਾਰਿਆਂ ਦੀ ਔਰ ਅੱਗੇ ਲੈ ਕੇ ਸੀ ਪਾਕਿਸਤਾਨ ਨੂੰ ਚਲੀਏ ਇੱਥੇ ਹੁਣ ਅਸੀਂ ਪਿਛਾ ਨਹੀਂ ਮੁੜ ਸਕਦੇ ਤੇ ਕਾਕੜ ਸਾਹਿਬ ਆਪ ਹੀ ਚਲੇ ਜਾਓ ਕੋਈ ਹੋਰ ਨੂੰ ਮੌਕਾ ਦਈਏ ਕੀ ਖਿਆਲ ਹੈ ਕਾਕੜ ਜੀ ਅੱਛਾ ਜੀ ਅੱਗੇ ਆਜੋ ਜੀ ਹਮਾਦ ਅਜ਼ਰ ਔਰ ਗੰਡਾਪੁਰ ਦੀ ਗ੍ਰਿਫਤਾਰੀ ਤੇ ਸ਼ੇਖ ਰਸ਼ੀਦ ਔਰ ਫਰਖ ਹਬੀਬ ਦੇ ਇੰਟਰਵਿਊ ਹਮਾਦ ਅਜ਼ਰ ਔਰ ਗੰਡਾਪੁਰ ਜਿਹੜਾ ਉਹਦੀ ਗ੍ਰਿਫਤਾਰੀ ਦੀਵਾਰ ਦੇ ਉੱਤੇ ਲਿਖੀ ਜਾ ਚੁੱਕੀ ਹੈ ਔਰ ਇਹਨਾਂ ਦੋਨਾਂ ਨੇ ਗ੍ਰਿਫਤਾਰੀ ਤੋਂ ਪਹਿਲੇ ਜਿਹੜੀ ਕਿ ਹੋਣੀ ਹੈ ਜੇ ਵੀਡੀਓ ਬਿਆਨਾਤ ਵੀ ਜਾਰੀ ਕਰ ਦਿੱਤੇ ਨੇ ਕਿ ਖਾਨ ਸਾਹਿਬ ਨੇ ਤਾਂ ਸਾਨੂੰ ਕਦੀ ਵੀ ਨਹੀਂ ਕਿਹਾ ਕਿ ਅਦਾਰਿਆਂ ਤੇ ਹਮਲੇ ਕੀਤੇ ਲੇਕਿਨ ਇਹ ਅੱਗੇ ਅੱਗੇ ਪੇਸ਼ ਪੇਸ਼ ਸੀ ਮੁਲਵਸ ਸੀ ਜੀਓ ਫੈਂਸਿੰਗ ਵਿੱਚ ਨੇ ਹਮਲੇ ਕਰਨ ਵਿੱਚ ਨੇ ਅਗਰ ਤੁਸੀਂ ਨਹੀਂ ਕੀਤੇ ਸੀ ਤੇ ਛੁਪੇ ਕਿਉਂ ਅਗਰ ਤੁਸੀਂ ਨਹੀਂ ਕੀਤੇ ਤੇ ਛੁਪੇ ਕਿਹੜੀ ਗੱਲ ਤੋਂ ਆ ਕੇ ਬਾਹਰ ਆ ਕੇ ਦੱਸੋ ਨਾ ਮੈਂ ਸਾਡੀ ਲੋਕੇਸ਼ਨ ਵਹਾਓ ਸਾਡੇ ਫੋਨ ਦੀ ਲੋਕੇਸ਼ਨ ਵਾਹੋ ਅਸੀਂ ਕਿੱਸ ਕਿੱਥੇ ਸਾਂ 9 10 11 ਮਈ 12 ਮਈ ਨੂੰ ਅਸੀਂ ਕਿੱਥੇ ਸਾਂ ਕਿਉਂ ਨਹੀਂ ਦੱਸਦੇ ਕਿਉਂਕਿ ਮਲਵਤ ਸੀ ਸਾਰਾ ਕੁਛ ਆਪ ਆਪਣੀ ਹੱਥੀਂ ਕਰਾਇਆ 700 ਕਾਲਾ ਹਮਾਦ ਅਜ਼ਰ ਔਰ ਮਈ ਅਸलम ਇਕਬਾਲ ਦੀਆਂ ਨੇ ਉਹ 9 10 11 ਮਈ ਦੇ ਵਿੱਚ ਜ਼ਮਾਨ پارک ਔਰ ਇਹਨਾਂ ਦੋਨਾਂ ਦੀਆਂ ਆਪਸ ਦੇ ਵਿੱਚ ਉਸ ਏਰੀਆ ਦੇ ਵਿੱਚ ਕਿ ਬੰਦੇ ਇੱਥੇ ਜਾ ਰਹੇ ਨੇ ਇੱਥੇ ਉਹਨਾਂ ਨੂੰ ਅਟੈਕ ਕੀਤਾ ਹੁਣ ਅਸੀਂ ਇੱਧਰ ਨੂੰ ਜਾ ਰਹੇ ਹੁਣ ਅਸੀਂ ਇਹ ਬਲੌਕ ਕਰ ਦਿੱਤਾ ਹੁਣ ਅਸੀਂ ਇਹ ਕਰ ਦਿੱਤਾ ਇਹ ਸਾਰਾ ਕੁਝ ਰਿਕਾਰਡ ਦਾ ਹਿੱਸਾ ਤੇ ਇਹਨਾਂ ਦੋਹਾਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਦੀਵਾਰ ਦੇ ਉੱਤੇ ਲਿਖੀ ਜਾ ਚੁੱਕੀ ਹੈ ਅਗਲੇ ਚੰਦ ਘੰਟਿਆਂ 'ਚ ਤੇ ਚਲੋ ਨਹੀਂ ਤੇ ਚੰਦ ਦਿਨਾਂ ਦੇ ਵਿੱਚ ਹਮਾਦਰ ਅਤੇ ਗੰਡਾਪੁਰ ਤਾ ਨੂੰ ਇਹ ਇਹ ਮਿਲਦੇ ਨਜ਼ਰਾਨੇ ਤੇ ਸ਼ੇਖ ਰਸ਼ੀਦ ਔਰ ਫਰਖ ਖਬੀਬ ਜਿਹੜੇ ਨੇ ਇਹਨਾਂ ਦੇ ਇੰਟਰਵਿਊ ਤਿਆਰ ਹੋ ਚੁੱਕੇ ਨੇ ਔਰ ਕੈਨ ਵਾਲਾ ਤੇ ਮੈਨੂੰ ਇਹ ਵੀ ਕਹਿ ਰਿਹਾ ਸੀ ਕਿ ਰਿਕਾਰਡ ਵੀ ਹੋ ਚੁੱਕੇ ਨੇ ਕਿਧਰੇ ਤੇ ਇਹ ਹੁਣ ਪਤਾ ਨਹੀਂ ਹੁਣ ਕਿਹੜੇ ਟੀਵੀ ਚੈਨਲ ਤੇ ਚੱਲਦੇ ਨੇ ਮੈਂ ਤੇ ਕਹਣਾ ਵੀ ਇਸ ਤਰ੍ਹਾਂ ਦੇ ਇੰਟਰਵਿਊ ਸੰਦੇ ਛੜਿਆ ਕਰੋ ਜਿਹੜੇ ਤੁਸੀਂ ਸਮਝ ਜੋ ਬਈ ਉੱਥੇ ਨਹੀਂ ਚਲਾਣੇ ਸੰਦੇ ਛੜ ਅਸੀਂ ਚਲਾ ਦਿੰਨੇ ਆਂ ਠੀਕ ਹੈ ਨਾ ਜੀ ਤੇ ਇਹਨਾਂ ਦੋਨਾਂ ਦੇ ਇੰਟਰਵਿਊ ਜਿਹੜੇ ਨੇ ਉਹ ਤਿਆਰ ਨੇ ਕਿਸੇ ਟਾਈਮ ਵੀ ਕਿਸੇ ਵੀ ਟੀਵੀ ਤੇ ਇਹ ਚੱਲ ਸਕਦੇ ਨੇ ਜਿਹਦੇ ਵਿੱਚ ਇਹ ਖਾਲਸਾਬ ਦੇ ਖਿਲਾਫ ਵਾਧਾ ਮਾਫੀ ਬਣਨਗੇ ਚਸ਼ਮਦੀਦ ਵੀ ਬਣਨਗੇ ਸੁਲਤਾਨੀ ਗਵਾ ਵੀ ਬਣਨਗੇ ਔਰ ਪਾਕਿਸਤਾਨ ਦੇ ਹਾਕਿਚ ਗੱਲਾਂ ਕਰਨ ਦੇ ਔਰ ਨਿਆਜ਼ੀ ਨੂੰ ਸਜ਼ਾ ਦਿਵਾਉਣ ਦੀ ਅਪੀਲ ਵੀ ਕਰਨ ਦੇ ਇਹ ਦੋ ਸ਼ਖਸੀਅਤ ਜਿਹੜੀਆਂ ਨੇ ਫਰਖ ਹਬੀਬ ਔਰ ਸ਼ੇਖ ਰਸ਼ੀਦ ਸਾਹਿਬ ਤੇ Imran Khan ਸਾਹਿਬ ਦੀ ਨਵਾਸ਼ਰੀਫ ਕੋ ਆਖੀ ਆਖਰੀ ਮਾਫੀ 6-7 ਦਿਨ ਪਹਿਲੇ ਲੇਕਿਨ ਅੱਗੋਂ ਕੋਈ ਸ਼ਾਇ ਜਿਹੜੀ ਹੈ ਉਹ ਨਿਕਲੀ ਨਹੀਂ ਨਵਾਜ਼ ਸ਼ਰੀਫ ਦਾ ਇਨਕਾਰ ਸੀ ਕਿ ਪਾਕਿਸਤਾਨ ਦੇ ਦੁਸ਼ਮਣ ਦੀ ਮਦਦ ਮੈਂ ਕਿਸੇ ਸੂਰਤ ਵੀ ਨਹੀਂ ਕਰ ਸਕਦਾ ਬਹੁਤ ਸ਼ੁਕਰੀਆ